थोड़ा लिया थोड़ा जो चल लग कर हम हफ्ते च एक दफा लाजमी करनी चाहिए है ना। ओके जब इंसान खुराक की जरूरत होती है ना सिर में भी तेल की जरूरत होती है। मैं उदों का लाया ही नहीं जो आए नहीं लाया ना तो हो गया इसे पता उदन सिर उठ के नहाते स शीशे च बहनी सब खुशकी बड़ी ज्यादा हुई है और ये जना हारश होंगी सर्दियाँ जो ठंडा लगता है और दूसरी साइड से ला ली फिर मलैस करांगे दो बार ला लीए ना वाना दे वाना दे परसों लाया सी ना परसों जो चूस के सा ਪਤਾ ਕਿਹੜਾ ਤੇਲ ਜੀ ਜਿਹੜਾ ਤੁਹਾਡੇ ਇੱਥੇ ਛਿੱਛਾ ਕੋਲੀ ਨਹੀਂ ਕੋਲ ਦੁਕਾਨ ਬਸ ਲਿਆਂਦਾ ਸੀ ਉਹ ਵਾਲਾ ਜੀ ਤੇ ਵੇਲੋ ਨਾ ਜੇ ਤਾਂ ਕਦੇ ਚ ਸਮੈਲ ਹੋਈ ਜੀ ਪੈਦਾ ਪਾਣੀ ਨਾ ਪਵੇ ਫਿਰ ਨਹੀਂ ਸਮੈਲ ਪੈਦਾ ਹੋਈ ਬਾਜੀ ਨੀਚੇ ਤੱਕ ਲਾਣਾ ਜੇ ਜਿਹੜਾ ਨਹੀਂ ਲੱਗਿਆ ਸਾਰੇ ਲਾਇਆ ਇੱਕ ਇੱਕ ਵਿੱਤ ਨਹੀਂ ਕੱਢ ਕੇ ਲਾਇਆ ਜਜ਼ਬ ਕਰਨੀ ਹੈ ਮੇਰਾ ਕੱਟ ਲੱਗਾ ਲੱਗਦਾ ਕਿ ਉਹ ਜਿਹੜਾ ਸ਼ਹਿ ਸੀ ਨਾ ਉਹ ਚੀਨੀ ਨਾ ਬਣਿਆ ਸੀ ਸ਼ਹਿਦ ਮੱਖਿਆ ਹੈ ਜਿਹੜਾ ਨਾ ਇਹਦੇ ਵਿੱਚ ਜਾਂ ਤੇ ਗੁੜ ਦਾ ਰਸ ਹੈ ਨਹੀਂ ਫੀਲ ਨਹੀਂ ਹੁੰਦਾ ਆਉਂਦੇ ਨੇ ਕਿ ਕਾਲਾ ਗੁੜ ਜਿਹੜਾ ਫੁੱਲਾਂ ਦਾ ਵੀ ਹੁੰਦਾ ਹੈ ਸ਼ਹਿਦ ਹੁਣ ਤੇ ਬਾਜੀ ਉਹਦਾ ਵੀ ਸ਼ਹਿਦ ਬਣਦਾ ਪਿਆ ਨਹੀਂ ਸ਼ਹਿਦ ਨਹੀਂ ਸੋਰੀ ਚੀਨੀ ਚਿਕੰਦਰ ਨਹੀਂ ਚਿਕੰਦਰ ਉਹਦੇ ਤੋਂ ਵੀ ਬਣਦੀ ਅੱਛਾ ਅਜੇ ਉਹ ਤੇ ਇੰਨੀ ਫੋੜੀ ਹੁੰਦੀ ਹੈ ਹੋ ਸਕਦਾ ਕੁਛ ਉਦੋਂ ਸ਼ੂਗਰ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਹੁੰਦੀ ਹੈ ਗੰਨੇ ਤੋਂ ਤਾਂ ਬਣਦੀ ਹੈ ਨਾ ਉਹਦੇ ਤੋਂ ਵੀ ਬਣਦੀ
ਮੈਂ ਪਤਾ ਨਹੀਂ ਕਿਹਦੇ ਘਰ ਵੇਖੀ, ਬਿਲਕੁਲ ਜਿਵੇਂ ਨਮਕ ਦੀ ਤਰ੍ਹਾਂ ਚੀਨੀ ਨਹੀਂ ਹੁੰਦੀ, ਬਰੀਕ ਬਰੀਕ ਛੋਟਾ ਛੋਟਾ ਦਾਣਾ, ਉਂਝ ਮੈਂ ਚੀਨੀ ਵੇਖੀ। ਅੱਜ ਕੱਲ੍ਹ ਹੁਣ ਜੇ ਮਹਿੰਗੀ ਹੋਈ ਹੈ ਨਾ ਚੀਨੀ, ਮੋਟੀ ਬਰੀਕ ਚੀਨੀ ਜਿਵੇਂ ਆਟਾ ਹੁੰਦਾ, ਨਮਕ ਉਂਝ ਨਹੀਂ, ਉਹ ਤਾਂ ਨਮਕ ਹੀ ਹੈ ਨਾ। ਆਹੋ ਬਾਜੀ ਦਾਣੇਦਾਰ ਦਾਣਾ ਦਾਣਾ ਹੈ ਛੋਟਾ। ਆਹੋ ਨਮਕ ਵਾਂਗ ਬਣ। ਹਾਂ ਜਦੋਂ 110 ਰੁਪਏ ਹੋਈ ਸੀ ਨਾ ਚੀਨੀ, ਉਹ 90 ਰੁਪਏ ਸੀ, 80 ਰੁਪਏ, 85 ਰੁਪਏ ਇੰਜ ਦਿੰਦੇ ਸਨ। ਅੱਛੀ ਇਹ ਸੀ ਜਿਹੜੀ ਮੋਟੀ ਸੀ, ਜਿਹੜੀ ਸ਼ੱਕਰ ਇਹਦੇ ਨਾਲ ਮਹਿੰਗੀ ਸੀ ਚੀਨੀ ਨਾਲ। ਹਾਂ 120 ਤੇ ਉਹ ਚੀਨੀ ਕਿੰਨੀ ਜੀ? ਚੀਨੀ ਹੁਣ ਤੇ ਹੋ ਗਈ 80-85 ਰੁਪਏ। ਪਾਣੀ ਮੇਰੇ ਹਾਲ ਜੀ, ਤੁਸੀਂ ਉਹ ਚਾਹ ਦੇ ਕੱਪ ਚ ਲੈਂਦੇ ਹੋ? ਹਾਂ ਬਸ ਇੱਕ ਕੱਪ ਚਾਹ। ਨਹੀਂ ਤੇ ਔਰ ਦਹੀਂ ਵਗੈਰਾ ਚ ਨਹੀਂ ਪਾਉਂਦੇ ਬੱਚੇ? ਅਸੀਂ ਦਹੀਂ ਖਾਂਦੇ ਹੀ ਨਹੀਂ ਬੱਚੇ, ਸਿਰਫ ਦਹੀਂ ਦੁੱਧ ਲਿਆਈਦਾ। ਬੱਚਿਆਂ ਨੂੰ ਰਾਤ ਨੂੰ ਦੁੱਧ ਨੂੰ ਪੱਤੀ ਮਸਾ ਲਾ ਕੇ ਕੱਪ ਕੱਪ ਦੇ ਦੇਈਦਾ, ਤੇ ਆਪ ਅਸੀਂ ਸਵੇਰੇ ਪੀਂਦੇ ਹਾਂ, ਰਾਤ ਨੂੰ ਨਹੀਂ ਪੀਂਦੇ। ਚਾਂਦ ਜਿੱਦਾਂ ਲਾ ਕੇ ਉਹਨੂੰ ਫਿਰ ਲੈ ਆਉਂਦਾ ਕਿਲੋ ਦੁੱਧ ਭਾਈ, ਤੇ ਦਹੀਂ ਦੇ ਸ਼ੌਕੀਨ। ਆਹੋ ਪਰ ਹੁਣ ਵੀ ਰੇਸ਼ਾ ਹੋਇਆ ਨਾ, ਸਰਦੀ ਹੈ ਤੇਰਾ ਤੇ ਅੱਗੇ ਤੁਹਾਡੇ ਸਾਹਮਣੇ ਵੇਲੇ ਖਾਂਦੇ ਨੇ ਮਾਸ਼ਾ ਅੱਲਾਹ, ਅੱਲਾਹ ਦਾ ਸ਼ੁਕਰ ਹੈ ਉਹਨੂੰ ਕੋਈ ਰੇਸ਼ਾ ਤੇ ਨਹੀਂ ਹੋਇਆ। ਦੱਸੇ ਨਾਰਮਲ ਇਨਸਾਨ ਹੋ, ਮੈਂ ਕਹਿੰਦੀ ਸੀ ਪਿਆ ਨੀਚੇ ਜੜਾਂ ਤੱਕ ਚਲਾ ਗਿਆ ਫਿਰ ਉੱਥੇ ਆ ਜਿਹੜਾ ਉੱਤੇ ਲਾਇਆ ਇੰਨਾ ਬੜਾ ਉਹ ਜਾਏਗਾ ਨਾ, ਉੱਤੇ ਲਿਆਉਣੀ ਆ ਨਾ ਭਾਈ, ਉਹ ਤੁਰ ਕੇ ਜਾਏਗਾ। ਹਾਂ ਤੁਰ ਕੇ ਮਲਣੀ ਆ ਨਾ ਭਾਈ, ਉੱਤੇ ਲਿਆ ਲਿਆ ਕੇ ਆਵੇ ਨਾ, ਇੰਝ ਕਰਨੀ ਆ ਨਾ ਭਾਈ, ਉੱਤੇ ਵਾਹਵਾ ਲਾਇਆ। ਥੋੜੀ ਘੱਟ ਹੋਈ ਹੈ ਲੇਕਿਨ ਇਹਦਾ ਛਿੜ ਪਵੇ ਨਾ ਫਿਰ ਦੁਬਾਰਾ ਸ਼ੁਰੂ ਹੋ ਜਾਂਦੀ। ਚੂਸ ਲਿਆ ਐ ਕਰਨ ਨਾਲ ਬੜਾ ਸਕੂਨ ਮਿਲਦਾ ਫਿੰਦਾ ਨਾ। ਇਹਦੇ ਨਾ ਸਰਦੀ ਆ ਜਿਹੜੀ ਚਸਨਾ ਨਾ, ਇਹ ਮਾਲਿਸ਼ ਤੋਂ ਬਾਅਦ ਨਾ ਜਿਹੜਾ ਬਲੱਡ ਹੁੰਦਾ ਨਾ ਉਹ ਤੇਜ਼ ਹੋ ਜਾਂਦਾ ਗਰਦਿਸ਼ ਦਿਮਾਗ 'ਚ। ਮੈਂ ਤਾਂ ਹੈਰਾਨ ਹੁੰਦੀ ਹਾਂ ਜਿਹੜੀ ਡਰਾਮੇ ਜਾਂ ਫਿਲਮਾਂ 'ਚ ਆਉਂਦੀਆਂ ਨੇ, ਹਰ ਵਕਤ ਇਹ ਆਪਣੇ ਵਾਲ ਡਰਾਈ ਕਰਦੀਆਂ, ਉਹ ਕਲਰ ਲਵਾਉਂਦੀਆਂ ਰਹਿੰਦੀਆਂ ਇਹਨਾਂ ਦੇ ਵਾਲ, ਮਲੈਸ਼ ਵੀ ਕਰਾਉਂਦੀਆਂ ਹੋਣੀਆਂ ਨਾ ਕਿ ਇਹਦੇ ਬਾਜੂ ਇਹਨਾਂ ਦੇ ਵਾਲ ਉੱਡੇ ਸੋਹਣੇ ਹੁੰਦੇ ਨੇ। ਹਾਂ ਤਾਲਾ ਗਰਮ ਹੋ ਜਾਂਦੇ, ਤੇਲ ਲੱਗਿਆ ਬਾਅਦ 'ਚ ਨਹਾਉਣਾ ਤੇ ਫਿਰ ਵਾਲ ਫਰੈਸ਼ ਹੋ ਜਾਂਦੇ ਨੇ। ਕਦੀ ਗਰਮੀਆਂ ਵਿੱਚ ਦੋ ਤਿੰਨ ਮਰੇ ਹੋਏ ਮੈਂ ਵੇਖੇ ਸੀ, ਆਪੇ ਹੀ ਮਾਰ ਦਿੰਦੇ ਨੇ ਜਾਂ ਕੀ ਕਰਦੇ ਨੇ ਮੈਨੂੰ ਸਮਝ ਆ, ਗਰਮੀ ਦੀ ਤਪਸ਼ ਦੀ ਵਜ੍ਹਾ ਨਾਲ ਵੀ ਹੋ ਵੀ ਸਕਦੇ। ਸਰਦੀਆਂ 'ਚ ਸਹੀ ਰਹਿੰਦੇ ਨੇ ਲੇਕਿਨ ਹੁਣ ਮੈਂ ਅੱਜ ਵੀ ਧੋਤਾ ਤੇ ਅੰਡਾ ਟੁੱਟਿਆ ਪਿਆ, ਕੱਲ੍ਹ ਪਰਸੋਂ ਵੀ ਕਰਨੀ ਸਾਂ ਵੀ ਤੇ ਅੰਡਾ ਟੁੱਟਾ, ਫਿਰ ਕੀ ਕਰਦੇ ਨੇ ਆਪੇ ਹੀ ਧੋ ਲੈਂਦੇ।
ਮੇਰੇ ਫੇਵਰੇਟ ਮੂਵੀ ਲੱਗੀ ਹੈ ਨਾ, ਹਾਂ ਬਾਹਰ ਨਹੀਂ ਨਜ਼ਰ ਆਉਂਦਾ ਪਈ, ਨਹੀਂ ਤੁਸੀਂ ਆ ਜਾਂਦੇ ਥੋੜ੍ਹੀ ਦੇਰ ਬਾਅਦ। ਜਿਵੇਂ ਗਲਾ ਨਹੀਂ ਮਰੀਦਾ ਉਹਨੂੰ ਮਿਲਦੇ ਪਏ। ਕੁੜੀਆਂ ਨਾਲ ਨਾੜਾਂ ਨੂੜਾਂ ਵੀ ਨਰਮ ਹੋ ਜਾਣਾ। ਮੈਨੂੰ ਤਾਂ ਲੱਗ ਮਿਲ ਗਲੇ ਪਏ ਪਏ ਹੁਣ ਪੱਠੇ ਹੁੰਦੇ ਨੇ ਬਾਜੀ, ਗਲੇ ਦੇ ਪੱਠੇ ਹੁੰਦੇ ਨੇ। ਸਕੂਨ ਮਿਲਿਆ ਕਿ ਨਹੀਂ? ਥੈਂਕ ਯੂ ਬਾਜੀ, ਅੱਲਾਹ ਆਪਕੇ ਬੱਚੋਂ ਕਾ ਭਲਾ ਕਰੇ ਔਰ ਆਪਕੇ ਬੱਚੋਂ ਕਾ ਕਾਰੋਬਾਰ ਵਸੀ ਕਰੇ ਔਰ ਆਪਕੋ ਸਿਹਤ ਔਰ ਤੰਦਰੁਸਤੀ ਖੁਸ਼ੀਆਂ ਦੇਖੇ। ਅੱਜ ਮੈਂ ਜਾਣਾ ਸੀ ਪਾਸ ਤੇ ਮਿੱਟੀ ਥੋੜੀ ਜਿਹੀ ਲਿਆਉਣੀ ਸੀ ਉਸ ਪੌਦੇ 'ਚ ਪਾਣੀ ਸੀ। ਆ ਤੁਹਾਡੀਆਂ ਸਹੇਲੀਆਂ ਅੱਜ ਆਈਆਂ ਹੋਈਆਂ? ਆਹੋ, ਉਹਨਾਂ ਨੇ ਕੱਲ੍ਹ ਛੁੱਟੀ ਕੀਤੀ ਹੋਣੀ। ਨਹੀਂ ਤਕਰੀਬਨ ਆਈਆਂ ਸਨ, ਇੱਕ ਦੋ ਹੀ ਨਹੀਂ ਸੀ ਆਏ। ਸੰਡੇ ਨੂੰ ਆਇਆ ਵੀ ਇਹ ਮੰਡੇ ਨੂੰ ਕਰ ਦੇਣਾ ਛੁੱਟੀ, ਅੱਜ ਕੋਈ ਵੀ ਨਹੀਂ ਇਹਨਾਂ ਦਾ ਸ਼ਾਇਦ ਆਇਆ। ਆਉਂਦਾ ਇਤਵਾਰ ਨੂੰ ਥੱਕ ਟੁੱਟ ਕੇ ਪਏ ਹੁੰਦੇ ਨੇ, ਸਵੇਰੇ ਉੱਠਦੇ ਨਹੀਂ ਨੇ। ਤੋ ਰੈਗੂਲਰ ਤਾਂ ਕੋਈ ਨਹੀਂ ਆਉਂਦੇ ਵਿੱਚ, ਕੋਈ ਹੁੰਦਾ ਹੈ ਮੇਰੇ ਖਿਆਲ 'ਚ ਮੇਰੇ ਮੀਆਂ ਸਰ ਰੈਗੂਲਰ ਨੇ ਜਾਂ ਇੱਕ ਦੋ ਹੋਰ ਬੰਦਾ ਉਹਨੇ ਵਿੱਚ ਜਿਹੜੇ ਬਾਬੇ ਸ਼ਾਬੇ ਨੇ ਨਾ, ਉਹ ਮੇਰੇ ਖਿਆਲ 'ਚ ਕੋਈ ਕਦੀ ਬਿਮਾਰ ਹੋ ਗਿਆ ਜਾਂ ਕੋਈ ਸਰਦੀ ਜੋ ਹੋਈ। ਉਹ ਤੁਹਾਨੂੰ ਪਤਾ ਬਜ਼ੁਰਗ ਨੇ ਨਾ, 70-75 ਸਾਲ ਦੇ ਨੇ, ਲੇਕਿਨ ਫਿਰ ਵੀ ਬੜੀ ਗੱਲ ਹੈ, ਐਕਸਰਸਾਈਜ਼ ਕਰਦੇ ਆ, ਫੋਨ ਕਰਦੇ ਨੇ। ਉੱਥੇ ਇੱਕ ਬਾਬਾ ਜੀ ਵਹਿੰਦੇ ਵਾ ਜੀ, ਉਹ ਝਟਕਾ ਮਾਰ ਕੇ ਤੁਰਦੇ ਨੇ, ਨਾਲ ਡਰਾਈਵਰ ਹੁੰਦਾ ਹੈ, ਪਤਾ ਨਹੀਂ ਹੁੰਦਾ। ਮੈਂ ਨਹੀਂ ਡਰਾਈਵਰ ਵੇਖਿਆ, ਬਾਬਾ ਇੱਕ ਹੈ ਝਟਕਾ ਮਾਰ ਕੇ ਤੁਰਦਾ। ਤੇ ਤੋੜ ਤੱਕ ਤੇਰੇ ਵਾਲਾਂ ਨੂੰ ਲੱਗ ਗਏ ਤੇਲ। ਉਹ ਜ਼ਰਾ ਵੇ ਵੀ ਛੜਾ ਥੋੜ੍ਹਾ ਜਿਹਾ ਗਲਾ ਦਿਨ ਜੋ ਚੁੰਡੀ ਦਾ ਨਹੀਂ ਗਲਾ ਮਲਦੇ, ਆਹਾ ਉਂਝ ਵੀ ਮੇਰਾ ਗਲਾ ਮਲਿਆ ਗਿਆ। ਮੇਰੀ ਨਾਨੀ ਜਦੋਂ ਚੁੰਡੀ ਲਾਉਂਦੇ ਨੇ ਨਾ, ਔਰ ਜਿਹੜਾ ਹਾਂਜੀ ਇਹ ਹਲਕਾ ਸਾਰਾ ਤੇਲ ਲਾ ਕੇ ਨਾ ਗਲਾ ਪਏ ਹੁਣ ਤੇ ਕੰਮ ਹੋ ਜਾ। ਤੈਨੂੰ ਵਾਕੇ ਵੀ ਪਏ ਸਰਦ ਹੁੰਦੀ Thank you.
ਅੱਜ ਪਾਰਕ ਵਾਲੇ ਬੱਚੇ ਵੀ ਬੱਚਿਆਂ ਦਾ ਵੇਟ ਕਰਦੇ ਹੋਣੇ, ਆਏ ਨਹੀਂ ਅੱਜ, ਨਹੀਂ ਤਾਂ ਰੋਜ਼ ਅਸੀਂ ਉੱਥੇ ਹੁੰਦੇ ਹਾਂ ਨਾ। ਜਿਹਨਾਂ ਨੇ ਛੁੱਟੀਆਂ ਕਰੀਆਂ ਆਈਆਂ 5 ਦਸੰਬਰ ਦੀ, 5 ਦਸੰਬਰ ਦੀਆਂ ਸਾਈਆਂ ਦਾ ਈਦ ਨਹੀਂ ਹੁੰਦੀ, ਹਾਂ ਕ੍ਰਿਸਮਸ ਆਉਂਦੀ ਪਈ ਨਾ। ਹਾਂਜੀ ਸਾਰਾ ਦਾ ਕਹਿੰਦੇ ਨੇ ਕਿ 3000 ਰੁਪਇਆ ਜਿਹੜੇ ਬੱਚੇ ਦੇਣਾ ਨਾ ਉਹ ਇੱਥੇ ਅਗਲੇ ਮਹੀਨੇ ਅਕੈਡਮੀ ਤੋਂ ਉਹ ਆਵੇ ਅਤੇ ਨਹੀਂ ਦੇ ਸਕਦੇ ਉਹ ਅਸਾਂ ਕਿਸੇ ਮਾਂ ਬਾਪ ਦੀ ਗੱਲ। ਮੈਂ ਕਿਹਾ ਜਿਹੜੀ ਫੀਸ ਦਿੱਤੀ ਉਹ ਤਾਂ ਪੜ੍ਹੋ ਨਾ, ਅੱਗੋਂ ਫਿਰ ਵੇਖੀ ਜਾਏਗੀ, ਨਾ ਮੰਨਣਗੇ ਤਾਂ ਨਾ ਸੇ। ਸਾਡੇ ਵਾਲੇ ਸਾਹਮਣੇ ਬਾਜ਼ਾਰ ਨੀ ਜਿੱਥੇ ਬਾਜੀ ਘਰ ਮਜ਼ਦੂਰਾਂ ਘਰ ਜਾਈਦਾ, ਹਾਂਜੀ ਹਾਂਜੀ ਉਸ ਬਾਜ਼ਾਰ ਚ ਸੜਕ ਕ੍ਰਾਸ ਕਰਕੇ ਸੜਕ ਦੇ ਉੱਤੇ ਹੀ ਇਧਰੋਂ ਦੀ ਜਾਈਏ ਬਾਜੀ ਬੀਨਾ ਘਰ ਤੇ ਉਦੋਂ ਰਾਹ ਚ। ਤੈਨੂੰ ਆਮਨਾ ਕੋ ਕਿਉਂ ਨਹੀਂ ਪਾਇਆ ਤੁਸੀਂ? ਦੂਰ ਬੜੀ ਹੈ ਲੋ, ਆਹ ਸਾਡੇ ਘਰੋਂ ਦੂਰ ਹੋਇਆ, ਇਹ ਤਾਂ ਸੜਕ ਪਾਰ ਕਰਦੇ ਆ ਸਾਰੀ। ਬੀਏ ਇਹ ਵੀ ਕਰ ਲੈਣਾ ਅਕੈਡਮੀ ਘਰ ਜਿਹੜਾ ਨਾ ਖੋਲ ਸਕਦੀ, ਤਾਂ ਮਹੱਲੇ ਚ ਜ਼ਰੂਰਤ ਵੀ ਬੜੀ ਹੈ। ਉਸ ਮਕਾਨ ਚ ਪੜਾਉਂਦਾ ਪਿਆ ਬੱਚਿਆਂ ਨੂੰ, ਆਹੋ ਟੀਚਰ ਨਾ ਸਕੂਲ ਲੱਗਾ ਹੋਏ ਨਾ ਤੇ ਆਪਣੇ ਸਕੂਲ ਦੇ ਬੱਚੇ ਔਰਤ ਕੋਈ ਨਾਲ ਰੱਖੀ ਮੇਰੇ ਹਾਲ ਦੋ ਮੈਂ ਕੋਈ ਤਾਂ ਮੈਂ ਨਹੀਂ ਜੇ ਤੇ ਵੇਖ ਲਈ ਨਾ ਜੇ ਤੇ ਕਰੇਗਾ ਨਾ ਨਾ ਹੋਏ ਤਾਂ ਮੈਂ ਆਖਾਂ ਕੋਈ ਟੀਚਰ ਰੱਖ ਔਰਤ ਨਾਲ, ਆ ਤੇ ਇਹ ਤੇ ਤੁਹਾਨੂੰ ਬਿਲਕੁਲ ਨੇੜੇ ਆ, ਇਹ ਤਾਂ ਕੋਲ ਹੀ ਕੱਲੀ ਇਹ ਵੀ ਜਾ ਸਕਦੀ ਹੈ, ਆ ਨਹੀਂ ਜੋ ਜਾਣਾ ਤੇ ਜ਼ਾਹਰੀ ਦੋਆਂ ਭੈਣ ਭਰਾਵਾਂ ਹੀ ਹੈ ਕਿ ਨਹੀਂ ਉਹ ਤੇ ਕੱਲੀ ਤੋਂ ਘਰੋਂ ਨਿਕਲੇ ਤੇ ਉਧਰ ਅਜੇ ਨਹੀਂ ਇਹ ਨਾਲ ਹੀ ਹੈ ਸਾਡੇ ਘਰ ਦੇ ਮੱਝ ਦੇ ਸਾਹਮਣੇ ਘਰ ਇਧਰਲੇ ਪਾਸੇ ਜਿੱਥੇ ਪਾਣੀ ਵਾਲੀ ਟੂਟੀ ਨਹੀਂ ਲੱਗੀ, ਹਾਂਜੀ ਹਾਂਜੀ ਉਹਦੇ ਨਾਲ ਹੀ ਉੱਥੇ ਪਹਿਲਾ ਗੇਟ ਜਿਹੜਾ ਉਹਦਾ ਨਾਲ ਦੂਸਰਾ ਦੀ ਗੇਟ ਹੈ ਉਹਨਾਂ ਦਾ ਤੇ ਉਧਰ ਦਾਦੇ ਦਾ ਉਧਰੋਂ ਨਹੀਂ ਨਿਕਲਦਾ ਦਰਵਾਜ਼ਾ, ਆਹੋ ਦਾਦੇ ਕੋਲ ਤਾਂ ਜਾਣ ਦੀ ਲੋੜ ਹੀ ਕੋਈ ਨਹੀਂ, ਆਪਣੇ ਹੀ ਤੋਂ ਘਰੋਂ ਨਿਕਲਦੀਆਂ ਉਹ ਆ ਜਾਂਦਾ, ਹਾਂ ਉਹ ਤਾਂ ਉਦੋਂ ਜਾਂਦਾ ਸੀ ਮੋਇਜ਼ ਨੂੰ ਮੇਰੇ ਕੋਲ ਘੱਲ ਦਿਓ, ਮੈਂ ਕਿਹਾ ਸਾ ਕੁੜੀ ਨੂੰ ਇਕੱਲਿਆਂ ਤਾਂ ਇੰਨਾ ਕਰਨਾ, ਹੁਣ ਤਾਂ ਦੋਵੇਂ ਭੈਣ ਭਰਾ ਜਾਂਦੇ ਤੇ ਦੋਵੇਂ ਹੀ ਲੈ ਆਉਂਦੇ ਆ ਜਾਂਦੇ ਨੇ, ਫਿਰ ਮੈਨੂੰ ਨਾਲ ਜਾਣਾ ਪੈਣਾ ਫਿਰ ਇਹ ਤਾਂ ਚਲੋ ਮੈਂ ਦੁਪਹਿਰੇ ਛੜੀ ਸ਼ਾਮ ਨੂੰ ਮੇਰੇ ਕੋਲ ਨਿਕਲਿਆ ਜਾਂਦਾ। ਉਹਦੇ ਕੋਲ ਟਾਈਮ ਨੀ ਨਾ, ਨਹੀਂ ਤੇ ਉਹ ਕੁੜੀ ਲਾਏ ਕੇ ਉਹਦੇ ਕੋਲ ਪੜ੍ਹ ਸਕਦੀ ਵੱਡੀ ਮੀਰਾ ਜੁੜੀ, ਆਹੋ ਤੇ ਜੋ ਪੇਪਰਾਂ ਦੇ ਦੇਣ ਆਉਂਦੇ ਨਾ ਤਾਂ ਕੋਈ ਉੱਥੇ ਜਾ ਕੇ ਉਹਦੇ ਨਾਲ ਤਾਂ ਲੜਾਈ ਲੜੀ ਫੱਡਾ ਫੱਡਾ ਪਾ ਲਏਗੀ ਨਾ, ਨਹੀਂ ਸਭ ਡਰਦੀ ਨਹੀਂ ਨਾ, ਨਹੀਂ ਮੀਰਾ ਕੋਲ ਅਕੈਡਮੀ 'ਚ ਜ਼ਰਾ ਡਰ ਡੁਰ ਹੁੰਦਾ ਛੁੱਟੀ ਨਹੀਂ ਕਰਨੀ, ਕਿੰਨੇ ਮਿੰਟ ਹੋ ਗਿਆ? ਬਸ ਮੈਨੂੰ ਰਾਣੀ ਬਸ ਵਨ